new vlog. So the hasdero, wasdero, shadro, te abadro. Amin, sum amin. Te aj akhir kar, o kadi aayi gayi jinta sanu intezaar si. Aj assi lawana hai geezer te papa ji ne karigar nu kar ditta hai phone keh reha bas main thodi der tak aa reha va. ते गीजर वेखो जी कढ लिया होया सारा उहदा समान जिहड़ा उस बॉक्स दे विच पिया है ते पापा जी खा रहे ने पंजीरी जिहड़ी असी उस दिन बनाई सी ते विच गलतियां गुलतियां हो गईयां ते पंजीरी थोड़ी हो गई थोड़ी जी खराब हो गई ते पापा जी ये आपकी वजह से खराब हुई थी ये खराब होया सही है सर ओ खुशक नहीं दी होनी कदी खुशक नहीं इदां दी पंजीरी बन ए वेखो जी ए इदां खुशक नहीं दे ये पंजीरी है खुशकी है बस तकरीबन खुशकी है ते बाकी जी जैन हुसैन ते आमना सारे जने गए हुए थे बाहर है देखो जी आमना फिर वापस भजी जा रही है ते साइकिल ते झूठे लै रहे ने सही नहीं ते मैं घर इत्थे बेली बेटी ते परेशान ते पता नहीं की हो रहा ਵੀ ਮੈਂ ਇਕੱਲੀ ਜਣੀ ਘਰ ਵੈਸੇ ਨਿੱਕੇ ਹੋਣਾ ਸਹੀ ਹੈ ਪਾਪਾ ਤੁਸੀਂ ਨਿੱਕੇ ਸੀ ਤੇ ਤੁਹਾਨੂੰ ਅੱਛਾ ਲੱਗਦਾ ਸੀ ਕਦੀ ਉਧਰ ਪੜ ਕਦੀ ਫਿਰਦੀ ਆਮਨਾ ਕਹਿੰਦੀ ਹੈ ਮੈਂ ਵੱਡੀ ਸਹੀ ਹਾਂ ਕਿਉਂਕਿ ਆਮਨਾ ਨੂੰ ਮੰਮਾ ਜਦੋਂ ਪੜ੍ਹਾਉਂਦੀ ਆ ਉਦੋਂ ਡਾਂਟਦੀ ਹੈ ਤੇ ਕਹਿੰਦੀ ਜਦੋਂ ਵੱਡੀ ਹੋ ਜਾਵਾਂਗੀ ਨਾ ਫਿਰ ਮੈਂ ਆਪ ਪੜ੍ਹਿਆ ਕਰਾਂਗੀ ਫਿਰ ਮੰਮਾ ਮੈਨੂੰ ਕੁਛ ਕਿਹਾ ਹੀ ਨਹੀਂ ਕਰੇਗੀ ਵੇਖ ਲਓ ਪਾਪਾ ਇਹ ਬੰਦਾ ਰਾਜ਼ੀ ਨਹੀਂ ਹੋ ਸਕਦਾ ਕਿਸੇ ਹਾਲ 'ਚ ਵੀ ਬਾਕੀ ਜੀ ਹੁਣ ਨਾ ਸਾਰੇ ਫੋਨ ਪਾਪਾ ਤੁਸੀਂ ਕੀਤਾ ਹੈ ਤੇ ਉਹ ਹਾਲੇ ਤੱਕ ਆਇਆ ਹੀ ਨਹੀਂਗਾ ਆ ਜਾਏਗਾ ਪੁੱਤਰ ਸਬਰ ਵੀ ਹੋ ਜਾਂਦਾ ਹੁਣ ਸਾਡੇ ਕੋਲ ਸਬਰ ਨਹੀਂ ਹੁੰਦੇ ਆਪਣੇ ਬੂਵੇ ਅੱਗੇ ਬੈਠਾ ਸੀ ਵੀ ਮੈਂ ਫੋਨ ਕਰਦਾ ਤੂੰ ਨਾਰੀ ਕਿਦਾਂ ਟਿਕ 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 ਚੱਲ ਵੀ ਇੰਟਰ ਹੋ ਗਿਆ ਤੇ ਚਲੋ ਜੀ ਹੁਣ ਨਾ ਅਸੀਂ ਕਾਰੀਗਰ ਦਾ ਇੰਤਜ਼ਾਰ ਕਰਾਂਗੇ ਤੇ ਜਦੋਂ ਕਾਰੀਗਰ ਆਏਗਾ ਫਿਰ ਜਦੋਂ ਸਾਡਾ ਗੀਜ਼ਰ ਲੱਗੇਗਾ ਮੈਂ ਤੁਹਾਨੂੰ ਵਿਖਾਵਾਂਗੀ ਸਾਡਾ ਗੀਜ਼ਰ ਲੱਗਦਾ ਹੋਇਆ ਤੇ ਹਲੇ ਤਾਂ ਫਿਲ ਵਕਤ ਫਿਰ ਵਿਹਲੀ ਬੈਠੀ ਏ ਫਿਊ ਮੋਮੈਂਟਸ ਲੇਟਰ ਚਲੋ ਜੀ ਸਮਾਨ ਸਾਰਾ ਆ ਗਿਆ ਹੈ ਇਹ ਦੇਖੋ ਜੀ ਪਾਪਾ ਚੀਜ਼ਾਂ ਵਗੈਰਾ ਕੱਢ ਰਹੇ ਨੇ ਤੇ ਕਾਰੀਗਰ ਭਾਈ ਵੀ ਆ ਗਏ ਨੇ ਉਹ ਸੁਰਾਖ ਕਰ ਰਹੇ ਨੇ ਦੇਖੋ ਜੀ ਇੰਨਾ ਸ਼ੋਰ ਹੈ ਸਾਰੇ ਘਰ ਦੇ ਵਿੱਚ ਤੇ ਬਾਕੀ ਸਾਰਾ ਸਮਾਨ ਪਾਪਾ ਲੈ ਆਏ ਨੇ ਜਿਹੜਾ ਗੀਜ਼ਰ ਤੇ ਸਾਡਾ ਗੁੱਜਾ ਹੋਇਆ ਹੋਇਆ ਉਸ ਤੋਂ ਇਲਾਵਾ 5000 ਦਾ ਹੁਣ ਤੱਕ ਸਮਾਨ ਆ ਚੁੱਕਿਆ ਤੇ ਅੱਗੇ ਪਤਾ ਨਹੀਂ ਕੀ ਬੰਦੇ ਧੋਬਾ ਧੋਬਾ ਮੇਰੇ ਤੇ ਕੰਨ ਦੁਖਣ ਲੱਗ ਪਏ ਨੇ ਪਾਪਾ ਕਿੰਨਾ ਰੋਲਾ ਪੈਂਦਾ ਹੈ 50000 ਤਾਂ ਖਰਚਾ ਹੋ ਗਿਆ ਪੁੱਤਰ ਤੇ ਹੋਰ ਆਪਾਂ ਗੀਜ਼ਰ ਲਵਾਣੇ ਤੇ ਹੁਣ ਜਾਰੀ ਸੀ ਗੱਲ ਹੈ ਹੈ ਜਿਹਦੇ ਚਾਚੂ ਨੇ ਲਵਾਇਆ ਸੀ ਨਾ ਇਸ ਪੈਪ ਨਾਲ ਅਸੀਂ ਖੇਲਿਆ ਵੀ ਸੀ ਇਹ ਫੋਲਡ ਵੀ ਹੋ ਜਾਂਦਾ ਤੇ ਹੁਣ ਪਾਪਾ ਜੀ ਮੰਗਵਾਉਣਗੇ ਜੀ ਸੈੱਲ ਤੇ ਬਾਕੀ ਮੈਂ ਹੁਣ ਜਾ ਰਹੀ ਹਾਂ ਅੰਦਰ ਤੇ ਅੰਦਰ ਵੇਖੋ ਮੰਮਾ ਜੀ ਕਿਆ ਆਪਣੇ ਹਨੇਰਾ ਕੀਆ ਹੋਇਆ ਹੈ ਤੋ ਨਮਾਜ਼ ਵੈਸੇ ਵੀ ਤੂੰ ਪੜ੍ਹ ਸਕਦੀ ਹੈ ਲਾਈਟ ਚਲਾ ਕੇ ਹਨੇਰੇ ਵਿੱਚ ਨਮਾਜ਼ ਨਹੀਂ ਪੜ੍ਹਦੀ ਹੈ ਹੋਰ ਜਲਾ ਲੈ ਮੇਰਾ ਬਸ ਨਹੀਂ ਚੱਲਦਾ ਨਹੀਂ ਤੇ ਮੈਂ ਪੂਰੇ ਕਮਰੇ 'ਚ ਲੈਟਾ ਹੀ ਲੈਟਾ ਤੇ ਚਲੋ ਜੀ ਹੁਣ ਨਾ ਕੋਈ ਅਸੀਂ ਵੀ ਨਮਾਜ਼ ਨਮੂਜ਼ ਪੜ੍ਹੀਏ ਤੇ ਫਿਰ ਜ਼ੈਨ ਨੇ ਤਾਂ ਛੁੱਟੀ ਕੀਤੀ ਤੇ ਹੁਸੈਨ ਆਏਗਾ ਫਿਰ ਤੇ ਫਿਰ ਅਸੀਂ ਇੰਜੋਏ ਕਰਾਂਗੇ ਚਲੋ ਜੀ ਹੁਣ ਗੀਜ਼ਰ ਲੱਗਣ ਵਾਸਤੇ ਉਹ ਸਾਰੀ ਟੂਟੀ ਵਗੈਰਾ ਲਾ ਲਈ ਹੋਈ ਹੈ ਅਤੇ ਹੁਣ ਭਾਈ ਉੱਪਰ ਚੜ੍ਹੇ ਹੋਏ ਨੇ ਉੱਪਰੋਂ ਪਾਣੀ ਜਿਹੜਾ ਉਹ ਬੰਦ ਕਰ ਰਹੇ ਨੇ ਅਤੇ ਫਿਰ ਗੀਜ਼ਰ ਪਾਪਾ ਗੀਜ਼ਰ ਕਿੰਨੀ ਕੁ ਦੇਰ ਤੱਕ ਲੱਗੇਗਾ ਇੱਧਰ ਦੇਖੇ ਲੀਕ ਹੋ ਗਿਆ ਇਹ ਵੇਖੋ ਜੀ ਇਹ ਇੱਥੋਂ ਇੰਨਾ ਇੰਨਾ ਸਾਡੇ ਸਾਰਾ ਇਹ ਹੁਣ ਆਪਾਂ ਇੱਥੋਂ ਦੁਬਾਰਾ ਪਲਸਤਰ ਕਰਾਵਾਂਗੇ ਪਲਸਤਰ ਤਾਂ ਕਰਨਾ ਹੀ ਪੈਣਾ ਤੇ ਇਹ ਵੇਖੋ ਦੋ ਬੈਗ ਲਿਆ ਕੇ ਰੱਖੇ ਹੋਏ ਨੇ ਤੇ ਆਹ ਸਾਰਾ ਸਮਾਨ ਸਮੂਨ ਤੇ ਇੰਨਾ ਕੁਛ ਇਹ ਵੇਖੋ ਮੈਂ ਪਿੱਛੋਂ ਇਹ ਵੇਖੋ ਜੀ ਇੰਨਾ ਲੰਮਾ ਪੈਪ ਵੀ ਲਿਆ ਕੇ ਰੱਖਿਆ ਹੈ ਇਹ ਕਿੰਨੀ ਕੁ ਦੇਰ ਲੱਗੇਗੀ ਸ਼ਾਮ ਦੇ ਭਾਂਡੇ ਅਸੀਂ ਗੀਜ਼ਰ ਵਾਲੇ ਪਾਣੀ ਨਾਲ ਧੋ ਸਕਦੇ ਫਿਰ ਠੀਕ ਹੈ ਅੱਜ ਸ਼ਾਮ ਦੇ ਭਾਂਡੇ ਮੈਂ ਧੋਵਾਂਗੀ ਉਹ ਵੇਖੋ ਜੀ ਗੀਜ਼ਰ ਵੀ ਮੰਗਾ ਉਹ ਗੀਜ਼ਰ ਕਹਿੰਦਾ ਸੈੱਲ ਵੀ ਮੰਗਾ ਲੈਣ
ਤੇ ਬਾਕੀ ਅੱਜ ਡਿਸਾਈਡ ਹੋ ਗਿਆ ਵੀ ਅੱਜ ਸ਼ਾਮ ਦੇ ਜਿਹੜੇ ਬਰਤਨ ਨੇ ਉਹ ਆਇਸ਼ਾ ਧੋਏਗੀ। ਤੇ ਹਾਂ ਜੇ ਰੋਈ ਤੇ ਜੇ ਗੀਜ਼ਰ ਲੱਗ ਗਿਆ ਤੇ ਫੇਰ ਆਹੋ ਗੀਜ਼ਰ ਲੱਗ ਗਿਆ ਨਹੀਂ ਪੱਕਾ ਫਾਈਨਲ ਹੋ ਗਿਆ। ਗੀਜ਼ਰ ਲੱਗਾ ਤੇ ਉਵੇਂ ਮੈਂ ਭਾਈ ਸਿੱਧੀ ਜੀ ਗੱਲ ਕੋਈ ਨਹੀਂ ਧੋਨੇ ਆ ਵੀ ਕਿੱਡੀ ਕਿੱਡੀ ਚਲਾਕ ਨੇ ਸਾਰੇ ਜਣੇ ਕਹਿੰਦੇ ਮਾਮਾ ਕਹਿੰਦੀ ਪੱਕਾ ਹੋ ਗਿਆ ਫਾਈਨਲ ਹੋ ਗਿਆ। ਚਲੋ ਜੀ ਹੁਣ ਇਹ ਵਾਲ ਸ਼ਾਲ ਜਿਹੜੇ ਨੇ ਨਾ ਸਾਰੇ ਲੱਗ ਗਏ ਹੋਏ ਨੇ। ਇਹ ਵੇਖੋ ਇਹ ਖੁਰੇ ਵਾਲਾ ਲੱਗ ਗਿਆ ਹੋਇਆ ਜਿੱਥੇ ਅਸੀਂ ਬਰਤਨ ਵਗੈਰਾ ਧੋਇਆ ਕਰਨੇ ਨੇ ਆਹ ਲਵਾ ਲੱਗ ਗਿਆ। ਇਸ ਤੋਂ ਬਾਅਦ ਇੱਕ ਆਹ ਲੱਗੀ ਤੇ ਇੱਕ ਉਹ ਅੰਦਰ ਲਾਣੀ ਤੇ ਫਿਰ ਇੱਥੋਂ ਸਿੱਧਾ ਉੱਪਰ ਉੱਪਰੋਂ ਫਿਰ ਉਹ ਤੇ ਟੈਂਕੀ ਦੇ ਨਾਲ ਫਾਈਨਲ ਜੋੜ ਲੱਗੇਗਾ ਫਿਰ ਆਪਣਾ ਗੀਜ਼ਰ ਲੱਗ ਜਾਏਗਾ। ਪਾਪਾ ਕਿੱਥੇ ਰੱਖਣਾ ਹੈ ਗੀਜ਼ਰ? ਉਹੀ ਮੇਰਾ ਮਤਲਬ ਇੱਥੇ ਸਾਡੇ ਗੀਜ਼ਰ ਲੱਗ ਜਾਣੇ ਤੇ ਥੋੜੀ ਜਿਹੀ ਦੇਰ ਰਹਿ ਗਈ ਹੁਣ ਤੇ ਸ਼ਾਮ ਨੂੰ ਐਸ਼ਾ ਨੇ ਭਾਂਡੇ ਗਰਮ ਪਾਣੀ ਦੇ ਧੋਣੇ ਨੇ ਠੰਡੇ ਪਾਣੀ ਨਾਲ ਧੋਣੇ ਟੈਂਕੀ ਵਿਹਲੀ ਕਰਤੀ ਨਹੀਂ ਗਰਮ ਨਾ ਧੋਣੇ ਨੇ ਠੰਡੇ ਨਾਲ ਲੈ ਮੈਂ ਜੀ ਤੂੰ ਕੈਸੀ ਬਰਤਨ ਮੈਂ ਧੋਵਾਂਗੀ ਮੈਂ ਨਹੀਂ ਇਹ ਕਹਾ ਤਾ ਗੀਜ਼ਰ ਲਗਾ ਤੋ ਤੇ ਗੀਜ਼ਰ ਲੱਗ ਜਾਣਾ ਨਾ ਮੀਨ ਤੂੰ ਸੇ ਗਰਮ ਪਾਣੀ ਹੁਆ ਤੋ ਤੂੰ ਸੇ ਤੂੰ ਸੇ ਮੀਨ ਨਹੀਂ ਜੀ ਜੀ ਤੂੰ ਸੇ ਸਹੀ ਹਾਂ ਮੈਨੂੰ ਕੋਈ ਨਹੀਂ ਪਤਾ ਪਤਾ ਖਿੱਚ ਕੇ ਆਪ ਪੈ ਵੀ ਕੱਢਣਾ ਪਤਾ ਲੈ ਨਹੀਂ ਆਉਂਦਾ ਜੀ ਪਾਪਾ ਕਹਿੰਦੇ ਮੈਂ ਡਰ ਗਿਆ ਔਰ ਵੇਖੋ ਪਾਪਾ ਨੂੰ ਬੱਚਿਆਂ ਵਾਂਗੂ ਖੇਲਣ ਦੇ ਰਹੇ ਉਹਦੇ ਨਾਲ ਤੇ ਬਾਕੀ ਬਾਹਰ ਹਲੇ ਸਾਡਾ ਕੋਈ ਵੀ ਘਰ ਨਹੀਂ ਹੈ ਸਾਰੇ ਬਾਹਰ ਖੇਲਣ ਗਏ ਹੋਏ ਵੇਖ ਲਓ ਪਾਪਾ ਤੁਸੀਂ ਮੈਨੂੰ ਇਕੱਲੀ ਨੂੰ ਘਰ ਕੈਦ ਕੀਤਾ ਹੋਇਆ ਚਲੋ ਜੀ ਸਾਡਾ ਗੀਜ਼ਰ ਜਿਹੜਾ ਉਹ ਲੱਗ ਗਿਆ ਹੋਇਆ ਉਹ ਵੇਖੋ ਜੀ ਗੀਜ਼ਰ ਟੰਗੀ ਚ ਗਿਆ ਹੋਇਆ ਤੇ ਟਾਈਮ ਹੋ ਗਿਆ ਤਕਰੀਬਨ ਸ਼ਾਮ ਦੇ 5 ਵੱਜ ਗਏ ਨੇ ਤੇ ਹਲੇ ਸਾਡਾ ਗੀਜ਼ਰ ਲੱਗਾ ਹੈ ਪਾਪਾ ਇਹ ਚਾਲੂ ਹੋ ਚੁੱਕਾ ਹੈ ਹਲੇ ਤਕਰੀਬਨ ਅੱਧਾ ਤੋਂ ਜ਼ਿਆਦਾ ਪ੍ਰੋਸੀਜਰ ਪਿਆ ਤੇ ਟੈਂਕੀ ਚ ਪਾਣੀ ਤੇ ਖਤਮ ਹੋ ਗਿਆ ਤੇ ਫਿਰ ਕੈਸੇ ਕੀ ਕਰੇਂਗੇ ਜੀ ਇਹ ਦੇਖੇ ਮਾਰਾ ਗੀਜ਼ਰ ਸੋਹਣਾ ਲੱਗ ਰਿਹਾ ਕੰਧ ਪੇ ਟੰਗਾ ਹੋਆ ਹਮਾਰੀ ਕੰਧ ਵੀ ਸੋਹਣੀ ਲੱਗ ਰਹੀ ਹੈ ਵੇਖੋ ਮੇਰੀ ਜਾ ਕੇ ਵੀਕ ਹੁੰਦੀ ਹੈ ਵੇਖੋ ਜੀ ਸਾਡਾ ਗੀਜ਼ਰ ਸੋਹਣਾ ਲੱਗਣ ਦਿਆ ਵਾ ਬਸ ਚਲੋ ਜੀ ਇਹ ਮਾਸ਼ਾਅੱਲਾ ਸਾਡਾ ਗੀਜ਼ਰ ਲੱਗ ਗਿਆ ਹੋਇਆ ਉਹ ਵੇਖੋ ਜੀ ਮਾਸ਼ਾਅੱਲਾ ਮਾਸ਼ਾਅੱਲਾ ਟੈਂਕੀ ਉੱਪਰਲੀ ਖਾਲੀ ਹੋ ਗਈ ਸੀ ਫਿਰ ਇਸ ਟੈਂਕੀ ਦੇ ਜ਼ਰੀਏ ਉੱਥੇ ਉੱਤੇ ਪਾਣੀ ਚੜਾਇਆ ਮੋਟਰ ਸ਼ੋਟਰ ਲਾ ਕੇ ਜਿਸ ਤਰ੍ਹਾਂ ਵੀ ਕਰਕੇ ਉਹਨਾਂ ਨੇ ਪਾਣੀ 'ਤੇ ਚੜਾ ਦਿੱਤਾ ਅਤੇ ਇਹ ਵੇਖੋ ਜੀ ਪਾਪਾ ਹੁਣ ਝਾੜੂ ਮਾੜੀ ਮਾੜੀ ਕਰ ਰਹੇ ਨੇ ਵੀ ਕੰਧ ਵਗੈਰਾ ਜਿਹੜੀ ਸਾਫ਼ ਹੋ ਜਾਵੇ ਫਿਰ ਅਸੀਂ ਕੂੜਾ ਸਾਫ਼ ਕਰਾਂਗੇ ਅਤੇ ਫਿਰ ਅਸੀਂ ਆਪਣੇ ਗੀਜ਼ਰ ਯੂਜ਼ ਕਰਾਂਗੇ ਅਤੇ ਅੱਜ ਦੇ ਭਾਂਡੇ ਮੈਂ ਧੋਵਾਂਗੀ ਅਤੇ ਬਾਕੀ ਜੀ ਇਹ ਵੇਖੋ ਜਿਹੜਾ ਸਾਰਾ ਖਲਾਰਾ ਸ਼ਲਾਰਾ ਪਿਆ ਹੋਇਆ ਇਹ ਹੁਣ ਖਲਾਰਾ ਚੁਕਵਾਉਂਦੇ ਹਾਂ ਨਾਲ ਅਤੇ ਖਲਾਰਾ ਚੁਕਾ ਚੁਕਾਉਣ ਤੋਂ ਬਾਅਦ ਫਿਰ ਕੁਛ ਖਾਣ ਪੀਣ ਦਾ ਵੀ ਕਰੀਏ ਕਿਉਂਕਿ ਅੱਜ ਤਾਂ ਹਲੇ ਰੋਟੀ ਵੀ ਨਹੀਂ ਖਾਧੀ 6:30 ਹੋ ਗਏ ਨੇ ਅਤੇ ਹੁਣ ਜਲਦੀ ਜਲਦੀ ਰੋਟੀ ਰੋਟੀ ਤਾਂ ਕਰੀਏ ਅਤੇ ਚਲੋ ਜੀ ਠੀਕ ਹੈ ਫਿਰ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਕਮੈਂਟ ਕਰਨਾ ਹੈ ਅਤੇ ਮੇਰੇ ਚੈਨਲ ਨੂੰ ਹਾਂਜੀ ਹਰ ਰੋਜ਼ ਖੁਸ਼ੀ ਖੁਸ਼ੀ ਚ ਤੂੰ ਭਾਂਡੇ ਧੋਇਆ ਕਰਨਾ ਵੀ ਅੱਜ ਪਾਣੀ ਗਰਮ ਹੈ ਨਹੀਂ ਜੀ ਖੁਸ਼ੀ ਖੁਸ਼ੀ 'ਚ ਨਹੀਂ ਬਸ ਖੁਸ਼ੀ ਖੁਸ਼ੀ ਇੱਕ ਦਿਨ ਹੀ ਹੁੰਦਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਚਲੋ ਜੀ ਠੀਕ ਹੈ ਫਿਰ ਅਲਾਫੀ।